ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਗਈ ਸੀ। ਜੋ ਮਹਿਲਾਵਾਂ ਨੂੰ 1000 ਮਹੀਨਾ ਦੇਣ ਦੀ ਗੱਲ ਹੋਈ ਸੀ, ਉਹ ਵਾਅਦਾ ਵੀ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਇਹ ਕਹਿਣਾ ਸੀ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਹਰੀਸ਼ ਸਿੰਘ ਦਾ, ਜੋ ਕਿ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਸਨ। ਉੱਥੇ ਉਹਨਾਂ ਨੇ ਕਿਹਾ ਕਿ 1 ਜਨਵਰੀ ਉਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਚੰਡੀਗੜ੍ਹ ਦੇ ਵਿੱਚ ਘਿਰਾਓ ਵੀ ਕਰਨਗੇ। ਇਸ ਮੌਕੇ ਤੇ ਗੱਲਬਾਤ ਕਰਦਿਆਂ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਵੀ ਕੀਤੀ ਗਈ ਸੀ, ਪਰ ਨਸ਼ਾ ਤਾਂ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ। ਉੱਥੇ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਜਿੱਥੇ ਗੱਲ ਕੀਤੀ ਗਈ ਸੀ, ਪਰ ਰੋਜ਼ਾਨਾ ਹੀ ਅਫਸਰ ਰਿਸ਼ਵਤ ਲੈਂਦੇ ਫੜੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਲੋਕਾਂ ਦੀ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ 1 ਜਨਵਰੀ ਨਵੇਂ ਸਾਲ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਮੈਂ ਹਰੀਸ਼ ਸਿੰਗਲਾ, ਸ਼ਿਵ ਸੈਨਾ ਬਾਲ ਠਾਕਰੇ, ਪੰਜਾਬ ਪ੍ਰਧਾਨ, ਜੈ ਸ਼੍ਰੀ ਰਾਮ। ਪੰਜਾਬ ਦੀਆਂ ਜਨਤਕ ਸਮੱਸਿਆਵਾਂ ਨੂੰ ਲੈ ਕੇ ਸ਼ਿਵ ਸੈਨਾ ਨੇ ਪਿਓਰ ਰਾਜਨੀਤਿਕ ਤਰੀਕੇ ਦੇ ਨਾਲ ਸਰਕਾਰ ਦੇ ਖਿਲਾਫ ਮੋਰਚਾ ਖੁੱਲ੍ਹਿਆ ਹੋਇਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਬਣੀ ਸੀ, ਇਹ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣੀ ਸੀ। ਇਹਨਾਂ ਨੇ ਕਿਹਾ ਸੀ ਕਿ ਜਨਾਨੀਆਂ ਨੂੰ ਅਸੀਂ 1000 ਰੁਪਏ ਮਹੀਨਾ ਪਹਿਲੇ ਮਹੀਨੇ 'ਤੇ ਦੇਵਾਂਗੇ। ਹਾਲੇ ਤੱਕ 21 ਮਹੀਨੇ ਹੋ ਗਏ, 1 ਰੁਪਿਆ ਵੀ ਨਹੀਂ ਮਿਲਿਆ। ਨਸ਼ਾ ਮੁਕਤ ਪੰਜਾਬ ਬਣਾਵਾਂਗੇ, 1300 ਕੁਛ FIR ਹੋ ਚੁੱਕੀਆਂ ਨੇ, ਲੇਕਿਨ ਨਸ਼ਾ ਉਸ ਤੋਂ ਜ਼ਿਆਦਾ ਵੱਧ ਗਿਆ। ਇਹਨਾਂ ਨੇ ਕਿਹਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇਵਾਂਗੇ। ਰੋਜ਼ 2-4 ਅਫਸਰ ਪੈਸੇ ਲੈਂਦੇ ਫੜੇ ਜਾਂਦੇ ਨੇ, ਕੋਈ ਭ੍ਰਿਸ਼ਟਾਚਾਰ ਮੁਕਤ ਨਹੀਂ ਹੋਇਆ, ਭ੍ਰਿਸ਼ਟਾਚਾਰ ਵੱਧ ਚੁੱਕਿਆ। ਬੇਰੁਜ਼ਗਾਰੀ ਖਤਮ ਕਰਨ ਦਾ ਮੇਨ ਮੁੱਦਾ ਸੀਗਾ, ਇਹਨਾਂ ਨੇ 36,000 ਨੌਕਰੀਆਂ 2.5 ਸਾਲ 'ਚ ਦਿੱਤੀਆਂ, ਅਤੇ 36 ਲੱਖ ਬੱਚਾ ਬੇਰੁਜ਼ਗਾਰ ਹੋਇਆ, ਜਿਹਦੇ ਵਿੱਚ ਕਿੰਨੇ ਬੰਦਿਆਂ ਨੇ +2 ਕੀਤੀ, ਕਿੰਨਿਆਂ ਨੇ ਗ੍ਰੈਜੂਏਸ਼ਨ ਕੀਤੀ, ਕਿੰਨਿਆਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ, ਕਿੰਨਿਆਂ ਨੇ ਡਿਪਲੋਮਾ ਕੀਤਾ, ਕਿੰਨੇ ਨੇ ਡਿਗਰੀਆਂ ਕੀਤੀਆਂ। ਉਸ ਤੋਂ ਅਗਰ ਤੁਸੀਂ 5% 10% ਵਧਾ ਕੇ ਨੌਕਰੀਆਂ ਦਿੰਦੇ ਹੋ, ਫਿਰ ਅਸੀਂ ਉਸਨੂੰ ਬੇਰੁਜ਼ਗਾਰ ਮੁਕਤ ਕਹਿ ਸਕਦੇ ਹਾਂ, ਬੇਰੁਜ਼ਗਾਰੀ ਨੂੰ ਖਤਮ ਕਰਨਾ ਕਹਿ ਸਕਦੇ ਹਾਂ। ਅਗਰ ਅਸੀਂ 36,000 ਨੌਕਰੀਆਂ ਦੇ ਕੇ 36 ਲੱਖ ਬੱਚਾ ਬੇਰੁਜ਼ਗਾਰ ਕਰਤਾ, ਤਾਂ ਉਸ ਨੂੰ ਅਸੀਂ ਨਹੀਂ ਮੰਨਦੇ ਕਿ ਤੁਸੀਂ ਬੇਰੁਜ਼ਗਾਰੀ ਘਟਾ ਰਹੇ ਹੋ। ਇੰਨੀਆਂ ਨੌਕਰੀਆਂ ਤਾਂ ਸਾਰੀਆਂ ਸਰਕਾਰਾਂ ਹੀ ਦਿੰਦੀਆਂ ਰਹੀਆਂ ਨੇ, ਕਿ ਲੋਕਾਂ ਨਾਲ ਬਹੁਤ ਵੱਡਾ ਧੋਖਾ ਜਿਹੜਾ ਉਹ ਹੋਇਆ, ਕਹਿੰਦਾ ਜਿਹੜਾ ਕਿਸੇ ਕੀਮਤ 'ਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ। ਇਸ ਕਰਕੇ ਸ਼ਿਵ ਸੈਨਾ ਬਾਲ ਠਾਕਰੇ ਗਰੁੱਪ ਨੇ ਫੈਸਲਾ ਕੀਤਾ ਕਿ 1 ਜਨਵਰੀ ਨਵੇਂ ਸਾਲ ਵਾਲੇ ਦਿਨ ਲੋਕਾਂ ਦੀਆਂ ਜਨਤਕ ਸਮੱਸਿਆਵਾਂ ਲੈ ਕੇ ਔਰ ਜਿਹੜੇ ਵਾਅਦੇ ਇਹਨਾਂ ਸਰਕਾਰ ਨੇ ਕੀਤੇ ਸੀਗੇ ਉਹਨਾਂ ਨੂੰ ਪੂਰਾ ਕਰਾਉਣ ਦੇ ਲਈ ਅਸੀਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਜਾ ਰਹੇ ਹਾਂ, ਜਿਹਦੀ ਤਿਆਰੀ ਸੰਬੰਧ ਦੇ ਵਿੱਚ ਮੈਂ ਪੰਜਾਬ ਦਾ ਦੌਰਾ ਕਰ ਰਿਹਾ ਅਤੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਇੱਥੇ ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਦੇ ਉੱਪਰ ਆਇਆ, ਉਹਨਾਂ ਨੂੰ ਨਤਮਸਤਕ ਕਰਦਾ। ਸਪਤਾਹ ਵੀ ਉਹਨਾਂ ਦਾ ਚੱਲ ਰਿਹਾ, ਪਹਿਲਾਂ ਉਹਨਾਂ ਨੂੰ ਨਤਮਸਤਕ ਕਰਦਾ, ਸਤਿ ਸ਼੍ਰੀ ਅਕਾਲ ਕਰਦਾ ਅਤੇ ਅਰਦਾਸ ਕਰਦਾ ਵੀ ਸਾਡਾ ਪੰਜਾਬ ਹੱਸਦਾ ਵੱਸਦਾ ਰੰਗਲਾ ਪੰਜਾਬ ਸਾਡਾ ਬਣੇ, ਭ੍ਰਿਸ਼ਟਾਚਾਰ ਮੁਕਤ ਹੋਵੇ, ਨਸ਼ਾ ਮੁਕਤ ਹੋਵੇ, ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ। ਸਾਡੀਆਂ ਜਨਾਨੀਆਂ ਨਾਲ ਜੋ ਵਾਅਦਾ ਸਰਕਾਰ ਨੇ ਕੀਤਾ ਸੀ 1000 ਰੁਪਏ ਮਹੀਨਾ, ਉਹ ਦਿੱਤਾ ਜਾਵੇ। ਸਮਝੇ, ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਕਹਿੰਦਾ 1 ਤਰੀਕ ਨੂੰ ਉੱਥੇ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਰਾਮ ਭਗਵਾਨ ਦੇ 1000 ਝੰਡੇ ਲੈ ਕੇ ਜਾਵਾਂਗੇ ਅਤੇ 2 ਘੰਟੇ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ। ਅਤੇ ਮੈਂ ਵਾਅਦਾ ਕਰਦਾ ਪੰਜਾਬ ਦੀ ਜਨਤਾ ਦੇ ਨਾਲ ਕਿ ਸ਼ਿਵ ਸੈਨਾ ਤੁਹਾਡੀਆਂ ਸਾਰੀਆਂ ਮੰਗਾਂ ਰਾਜਨੀਤਿਕ ਤਰੀਕੇ ਦੇ ਨਾਲ, ਤੁਹਾਡੇ ਸਾਥ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ ਪੂਰੀਆਂ ਕਰਵਾਊਗੀ। ਫਤਿਹਗੜ੍ਹ ਸਾਹਿਬ ਤੋਂ ਵੀ ਇੱਥੇ ਡਿਊਟੀ ਲਾ ਕੇ ਜਾ ਰਹੇ ਹਾਂ ਅਸੀਂ, ਲਾਲੀ ਜੀ ਦੀ, ਪਵਨ ਜੀ ਦੀ, ਬਲਦੇਵ ਜੀ ਦੀ, ਕਿ 10 ਗੱਡੀਆਂ ਦਾ ਕਾਫਲਾ ਇੱਥੋਂ 1 ਤਰੀਕ ਨੂੰ ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਊਗਾ। A1 ਪੰਜਾਬੀ TV ਲਈ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦ ਦੀ ਵਿਸ਼ੇਸ਼ ਰਿਪੋਰਟ।